ਸੰਗੀਤਮਈ ਆਵਾਜ਼ ਸਮੱਗਰੀ ਸਧਾਰਨ ਸਿੰਕ ਪਾਈਪ ਤੁਸੀਂ ਇੱਕ ਸਧਾਰਨ ਵੇਸਟ ਪਾਈਪ ਨਾਲ ਅਜੀਬ ਸੰਗੀਤ ਵਜਾ ਸਕਦੇ ਹੋ ਇੱਕ ਵੇਸਟ ਪਾਈਪ ਨੂੰ ਹੱਥ ਵਿੱਚ ਫੜ ਕੇ ਜ਼ੋਰ ਨਾਲ ਘੁਮਾਓ ਤੁਹਾਨੂੰ ਸੰਗੀਤ ਸੁਣਾਈ ਦੇਵੇਗਾ ਜਿੰਨਾ ਜ਼ੋਰ ਨਾਲ ਘੁਮਾਓਗੇ ਉਨਾ ਉੱਚੀ ਆਵਾਜ਼ ਆਏਗੀ ਪਾਈਪ ਨੂੰ ਮੂੰਹ ਤੋਂ ਦੂਰ ਰੱਖ ਕੇ ਇਸ ਵਿੱਚ ਫੂਕ ਮਾਰੋ ਸੰਗੀਤ ਸੁਣਾਈ ਦੇਵੇਗਾ ਪਾਈਪ ਨੂੰ ਮੂੰਹ ਵਿੱਚ ਰੱਖ ਕੇ ਫੂਕ ਮਾਰੋਗੇ ਤਾਂ ਅਲੱਗ ਸੰਗੀਤਮਈ ਆਵਾਜ਼ ਆਵੇਗੀ ਹੁਣ ਪਾਈਪ ਦਾ ਮੂੰਹ ਇੱਕ ਪਾਸੇ ਬੰਦ ਕਰਕੇ ਫਿਰ ਇਸਨੂੰ ਘੁਮਾਓ ਤੁਹਾਨੂੰ ਕੋਈ ਆਵਾਜ਼ ਸੁਣਾਈ ਨਹੀਂ ਦੇਵੇਗੀ ਕਿਉਂਕਿ ਇਸ ਵਿੱਚੋਂ ਕੋਈ ਹਵਾ ਨਹੀਂ ਲੰਘ ਰਹੀ